ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਮਜਬੂਰ ਕੀਤਾ ਕਿ ਵੀਰੇ ਪੇਸ਼ੈਂਟ ਦੀ ਅੱਜ ਮਦਦ ਕਰਨੀ ਹੀ ਕਰਨੀ। ਅਸਲ 'ਚ ਕੀ ਹੋਇਆ ਜੀ, ਸਾਡੇ ਕੋਲ ਮਾਤਾ ਮਾਤਾ ਜੀ ਆ ਜਾਓ। ਕੀ ਨਾਮ ਮਾਤਾ ਜੀ ਤੁਹਾਡਾ? ਇਹ ਮਾਤਾ ਜੀ ਨਾ ਮਮਤਾ ਜੀ, ਸਾਡੀ ਮਾਂ ਅੱਜ ਮਦਦ ਲੈਣ ਆਏ ਸਾਡੇ ਕੋਲ ਹੋਸਪਿਟਲ ਦੇ ਵਿੱਚ ਮਿਲਣ ਆਏ, ਅਤੇ ਮਾਤਾ ਗੱਲ ਕਰਦੇ ਕਰਦੇ ਨਾ ਇੱਕੋ ਦਮ ਪੂਰਾ ਪਿੱਛੇ ਗਿਰ ਗਏ। ਮਤਲਬ ਸਮਝ ਲਓ ਕਿ ਇਸ ਤਰ੍ਹਾਂ ਗਿਰੇ ਸੀਗੇ ਕਿ ਆਮ ਬੰਦਾ ਦੇਖ ਕੇ ਘਬਰਾ ਆ ਜਾਵੇ। ਅਤੇ ਜਦੋਂ ਮਾਤਾ ਜੀ ਨੂੰ ਪੁੱਛਿਆ ਤਾਂ ਕੀ ਹੋਇਆ, ਮਤਲਬ ਮਾਤਾ ਜੀ ਨੂੰ ਆਪ ਨੂੰ ਦੌਰੇ ਪੈਂਦੇ ਪਿਛਲੇ 24-25 ਸਾਲਾਂ ਤੋਂ, ਤਾਂ ਮਾਤਾ ਉੱਥੇ ਰੋਕ ਰੋਕ ਕੇ, ਮਤਲਬ ਜਦੋਂ ਮਾਤਾ ਆਪ ਇੱਕ ਦੌਰੇ ਵਾਲੀ ਹਾਲਤ ਦੇ ਵਿੱਚ ਸੀਗੀ, ਮਾਤਾ ਰੋ ਕੇ ਇੱਕੋ ਗੱਲ ਕਹਿ ਰਹੀ ਸੀ ਕਿ ਮੇਰੇ ਮੁੰਡੇ ਦਾ ਇਲਾਜ ਕਰਾ ਦੇ। ਐਕਚੁਲੀ ਇਹਨਾਂ ਦਾ ਬੇਟੇ ਦਾ ਐਕਸੀਡੈਂਟ ਹੋਇਆ ਅੱਜ ਤੋਂ 15 ਦਿਨ ਪਹਿਲਾਂ ਬਾਈਕ 'ਤੇ, ਅਤੇ ਲੱਤ ਟੁੱਟ ਗਈ। ਲੱਤ ਟੁੱਟਣ 'ਤੇ ਇਹਨਾਂ ਨੇ ਐਡਮਿਟ ਕਰਾਇਆ ਹੋਸਪਿਟਲ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਸੈੱਲ ਘੱਟ ਗਏ। ਇਹਨਾਂ ਨੇ ਜਿਹੜਾ 30-35 ਹਜ਼ਾਰ ਰੁਪਏ ਕਰਜ਼ਾ ਚੱਕ ਕੇ ਸੈੱਲ ਵਧਾਉਣ ਦੇ ਚੱਕਰ 'ਚ ਲਾਤਾ, ਲੱਤ ਦੇ ਵਿੱਚ ਰਾੜ ਫਿਰ ਨਹੀਂ ਪਈ। ਤਾਂ ਜਿਹੜੇ ਸੈੱਲ ਸੀਗੇ ਉਹ ਠੀਕ ਹੋਣ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਜੀ 35-40 ਹਜ਼ਾਰ ਰੁਪਏ ਲੱਗ ਗਿਆ, ਹੁਣ ਰਾੜ ਪੈਣ ਵਾਸਤੇ 30-35 ਹਜ਼ਾਰ ਲਿਓ। ਇਹ ਪਰਿਵਾਰ ਕੋਲ ਪੈਸੇ ਨਹੀਂ ਸੀਗੇ, ਤਾਂ ਇਹਨਾਂ ਨੇ ਮਰੀਜ਼ ਨੂੰ ਘਰ ਲਿਜਾ ਕੇ, ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਨੇ, ਘਰ ਲਿਜਾ ਕੇ ਰੱਖ ਲਿਆ। ਮਾਤਾ ਜੀ ਆਪ ਸਲਮਾਨ ਖਾਨ ਜੀ ਕੋ ਜਾਣਦੇ ਹੋ? ਸੁਣਿਆ ਉਨਕੇ ਬਾਰੇ ਮੈਂ? ਇਹ ਜੋ ਆਜ ਆਪਕਾ ਬੇਟੇ ਕਾ ਇਲਾਜ ਹੋ ਰਹਾ ਨਾ ਸਾਰਾ, ਉਨਕੀ ਤਰਫ ਸੇ ਹੋ ਰਹਾ। ਉਨਕਾ ਜਨਮ ਦਿਨ ਹੈ। ਪਰਮਾਤਮਾ ਇਨਕੋ ਸੁਖ ਸ਼ਾਂਤੀ ਦੇ, ਇਨਕੋ ਭਗਵਾਨ ਬਣ ਕੇ ਆਏ ਹਮਾਰੀ ਜ਼ਿੰਦਗੀ ਮੇਂ। ਸਲਮਾਨ ਖਾਨ ਭਾਈ ਤੱਕ ਇਹ ਵੀਡੀਓ ਪਤਾ ਨਹੀਂ ਪਹੁੰਚਣੀ ਕਿ ਨਹੀਂ ਪਹੁੰਚਣੀ, ਪਰ ਜਿਹੜੇ ਅਜਾ ਵੀਰ ਨੇ ਉਹਨਾਂ ਦਾ ਕੰਮ ਕੀਤਾ ਨਾ, ਇਹ ਬੰਦਾ ਇੰਨਾ ਵੱਡਾ ਫੈਨ ਆ ਉਹਨਾਂ ਦਾ, ਮਤਲਬ ਮੈਂ ਹੁਣ ਬੋਲ ਨਹੀਂ ਸਕਦਾ। ਮੈਂ ਮਤਲਬ ਸਮਝ ਲਓ ਬਾਈ ਨੂੰ ਪੁੱਛਿਆ, ਮੈਂ ਕਿਹਾ ਵੀਰੇ ਕਿੱਦਾਂ ਤੁਸੀਂ ਇੰਨੇ ਵੱਡੇ ਫੈਨ ਹੋ? ਉਹਨਾਂ ਨੇ ਸਾਰੀ ਸਟੋਰੀ ਦੱਸੀ ਕਿ ਮੈਂ ਬਾਈ ਨੂੰ ਮਿਲਣਾ ਚਾਹੁੰਦਾ ਸੀ, ਸਲਮਾਨ ਖਾਨ ਵੀਰੇ ਨੂੰ ਮਿਲਣਾ ਸੀ, ਮੈਂ ਕਿੱਦਾਂ ਮਿਲਿਆ। ਮੈਂ ਮਤਲਬ ਇੱਕ ਤਰ੍ਹਾਂ ਦੇ ਸਮਝ ਲਓ ਮੈਂ ਹੁਣ ਫੀਲਿੰਗ ਕੱਢ ਨਹੀਂ ਸਕਦਾ ਬਾਹਰ, ਪਰ ਮੈਂ ਆਪਣੀ ਲਾਈਫ 'ਚ ਇਸ ਤਰ੍ਹਾਂ ਦੀ ਸਮਝ ਲਓ, ਜੇ ਮੈਂ ਸਲਮਾਨ ਖਾਨ ਦੀ 100% ਇੱਜ਼ਤ ਕਰਦਾ ਸੀ, ਇਸ ਬੰਦੇ ਨੂੰ ਮਿਲਣ ਤੋਂ ਬਾਅਦ 500% ਕਰੂੰਗਾ। ਯਾਰ ਉਹ ਬੰਦੇ ਨੇ, ਮਤਲਬ ਉਹ ਇੱਕ ਮਾਂ ਜਿਹੜੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀਗਾ, ਡਾਕਟਰ ਨੇ 30-35 ਹਜ਼ਾਰ ਖਰਚਾ ਦੱਸਿਆ ਕਿ ਇਹਦੀ ਲੱਤ ਜੁੜਨ 'ਤੇ 30-35 ਹਜ਼ਾਰ ਲੱਗਣਾ, ਹਫ਼ਤੇ ਤੋਂ ਪਰਿਵਾਰ ਘਰ ਬੈਠਾ। ਮਤਲਬ ਅੱਜ ਕੋ ਉਹਨਾਂ ਦੇ ਜਨਮ ਦਿਨ 'ਤੇ ਉਹ ਪਰਿਵਾਰ ਦਾ ਬੱਚਾ ਸੁਖੀ ਹੋ ਕੇ ਤੁਰਨ ਲੱਗ ਜੂਗਾ। ਰੋਣਾ ਨਹੀਂ ਮਾਤੇ, ਰੋਣਾ ਨਹੀਂ, ਰੋਣਾ ਨਹੀਂ। ਆਪਕੋ ਸਲਮਾਨ ਖਾਨ ਜੋ ਹੈ ਉਸਕਾ ਜਨਮ ਦਿਨ ਹੈ, ਇਹ ਉਨਕੇ ਭਾਈ ਹੈ ਬੜੇ, ਤੋ ਇਹਨਾਂ ਨੇ ਅੱਜ ਜੋ ਆਪਕਾ ਉਹ ਕੀਆ ਹੈ ਉਹ ਸਾਰਾ ਖਰਚਾ ਇਨਕੀ ਤਰਫ ਸੇ। ਤੁਹਾਡਾ ਖਰਚਾ ਫ੍ਰੀ ਹੋ ਜੂਗਾ, ਪਰ ਮੈਨੂੰ ਵੀਰ ਕਹਿੰਦਾ ਵੀਰੇ ਅੱਜ ਮੇਰੇ ਉਸਤਾਦ ਦਾ ਜਨਮ ਦਿਨ ਆ ਤੇ ਸੇਵਾ ਅੱਜ ਹੀ ਕਰਨੀ, ਤੇ ਬਾਈ ਸਪੈਸ਼ਲ ਐਂਬੂਲੈਂਸ ਲੈ ਕੇ ਘਰੇ ਪਹੁੰਚੇ, ਕਹਿੰਦੇ ਵੀਰੇ ਹੁਣੀ ਐਡਮਿਟ ਕਰਾਓ, ਸਵੇਰੇ ਓਪਰੇਸ਼ਨ ਹੋਣਾ ਚਾਹੀਦਾ। ਯਾਰ ਮੇਰੀ ਬੇਨਤੀ ਹੈ, ਮੈਂ ਅੱਜ ਤੱਕ ਕਦੀ ਕਿਸੇ ਵੀਡੀਓ 'ਚ ਆਹ ਬੇਨਤੀ ਨਹੀਂ ਕੀਤੀ, ਆਹ ਵੀਰੇ ਦੀ ਵੀਡੀਓ ਸਲਮਾਨ ਭਾਈ ਤੱਕ ਜ਼ਰੂਰ ਪਹੁੰਚਾ ਦਿਓ, ਕਿਉਂਕਿ ਇੱਦਾਂ ਦਾ ਬੰਦਾ ਮੈਂ ਦੁਨੀਆ, ਮੈਂ ਬੜੇ ਤਗੜੇ ਤਗੜੇ ਫੈਨ ਦੇਖੇ ਆ, ਕਿਸੇ ਨੇ ਟੈਟੂ ਬਣਵਾਇਆ, ਕਿਸੇ ਨੇ ਵਾਲਪੇਪਰ ਲਾਇਆ ਫੋਨ 'ਤੇ, ਕੋਈ ਛੱਲਾ ਬਣਵਾਈ ਫਿਰਦਾ, ਪਰ ਮੈਂ ਪੂਰੀ ਲਾਈਫ ਦੇ ਵਿੱਚ ਇੱਦਾਂ ਦਾ ਇੱਕ ਫੈਨ ਮੈਂ ਨਹੀਂ ਦੇਖਿਆ, ਜਿਹੜੇ ਨੇ ਨਾ ਟੈਟੂ ਬਣਵਾਇਆ ਨਾ ਗੱਡੀ 'ਤੇ ਲਿਖਾਇਆ, ਪਰ ਜਿਹੜਾ ਦਿਲ 'ਚ ਗੱਲ ਵਸਾਈ। ਔਰ ਪਤਾ ਕਿਉਂ ਕਾਰਨ ਕੀ ਸੇਵਾ ਕਰਨ ਦਾ? ਕਹਿੰਦਾ ਵੀਰੇ ਮੈਂ ਚਾਹੁੰਦਾ ਕਿ ਅੱਜ ਲਈ ਸੇਵਾ 'ਤੇ ਅੱਜ ਜੋ ਇਸ ਮਾਂ ਦੀਆਂ ਦੁਆਵਾਂ ਨਿਕਲ ਰਹੀਆਂ ਨਾ, ਉਹ ਮਾਂ ਦੀ ਦੁਆਵਾਂ ਨਾਲ ਸਾਡਾ ਸਲਮਾਨ ਭਾਈ ਠੀਕ ਰਹੇ, ਕੰਮ ਕਰਦਾ ਰਹੇ, ਅਤੇ ਜਿਹੜੀ ਉਹ ਸੇਵਾ ਕਰ ਰਹੇ ਉਹ ਕਰਦਾ ਰਹੇ। ਮੇਰੀ ਦਿਲ ਦੀ ਤਮੰਨਾ ਬਹੁਤ ਹੈ ਕਿ ਬੰਦਾ ਵੀਡੀਓ 'ਚ ਆਵੇ, ਪਰ ਉਹ ਆਉਣਾ ਨਹੀਂ ਚਾਹੁੰਦਾ, ਮੈਂ ਬਾਈ ਦੀ ਮਜਬੂਰੀ ਸਮਝਦਾ, ਪਰ ਦਿਸ ਇਜ਼ ਦਾ ਬੈਸਟ ਐਵਰ ਡੇ ਇਨ ਹਿਸਟਰੀ ਇਨ ਮਾਈ ਲਾਈਫ ਕਿ ਮੈਂ ਆਹ ਦਿਨ, ਮੈਂ ਕਹਿੰਦਾ ਮੈਂ ਬੋਲੀ ਜਾਵਾਂ ਵੀਡੀਓ 'ਚ ਤਾਂ ਮੇਰੇ ਲਈ ਘੱਟ ਹੈ, ਅਤੇ ਤੁਹਾਨੂੰ ਆ ਜਾਓ ਬਾਈ ਨਾਲ, ਮਾਤਾ ਜੀ ਬੈਠੋ ਆਪ ਗਾੜੀ ਮੈਂ ਆ ਜਾਓ। ਆਓ ਆਮ ਵੀ ਵੀਰੇ, ਕੀ ਨਾਮ ਤੇਰਾ? ਕਦੋਂ? ਸੰਡੇ ਦਾ ਦਿਨ ਸੀਗਾ ਜੀ। ਅੱਛਾ, ਘਰ 'ਚ ਕੌਣ ਕੌਣ ਆ ਕਮਾਉਣ ਵਾਲਾ? ਮੇਰੇ ਭਰਾ ਇੱਕ, ਬਸ ਮੈਂ ਜੀ। ਅੱਛਾ ਹਾਂਜੀ, ਤੇ ਤੁਸੀਂ ਹਫ਼ਤੇ ਤੋਂ ਘਰ ਕਿਉਂ ਬੈਠੇ ਹੋ, ਇਲਾਜ ਕਿਉਂ ਨਹੀਂ ਕਰਾ ਰਹੇ? ਭਾਈ ਪੈਸੇ ਨਹੀਂ ਸੀਗੇ ਇਸ ਕਰਕੇ ਜੀ। ਵਾਹਿਗੁਰੂ, ਤੇ ਬੈੱਡ 'ਤੇ ਸੀ? ਤਾਂ ਅੱਜ ਦੱਸ ਮਹਾਰਾਜ, ਤੇਰਾ ਅੱਜ ਪਰਮਾਤਮਾ ਨੇ, ਉਸ ਅੱਲਾ ਨੇ, ਉਸ ਸ਼੍ਰੀ ਰਾਮ ਨੇ ਕਿਹਨੂੰ ਭੇਜਿਆ ਇਲਾਜ ਕਰਾਉਣ ਲਈ? ਕੀ ਨਾਮ ਬੰਦੇ ਦਾ? ਸਲਮਾਨ ਖਾਨ ਜੀ। ਅੱਜ ਉਹਦਾ ਜਨਮ ਦਿਨ, ਉਹਨਾਂ ਨੂੰ ਵਿਸ਼ ਕਰਦੇ। ਹੈਪੀ ਬਰਥਡੇ ਜੀ। ਕਿਹਾ ਬਾਈ ਹੈਪੀ ਬਰਥਡੇ। ਬਾਈ ਹੈਪੀ ਬਰਥਡੇ। ਅੱਜ ਤੇਰੇ ਇਲਾਜ ਦੀ ਲੱਤ ਦਾ ਜੋ ਵੀ ਖਰਚਾ ਨਾ, ਅੱਜ ਉਸ ਬੰਦੇ ਕਰਕੇ ਆ, ਤੇ ਦੁਆ ਕਰੀ ਕਿ, ਮੈਂ ਕਹਿੰਦਾ ਉਹ ਹੱਸਦੇ ਵੱਸਦੇ ਰਹਿਣ, ਹੱਸਦੇ ਵੱਸਦੇ ਰਹਿਣ ਸਾਰੇ ਉਹਨਾਂ ਘਰ ਦੇ। ਕਿਆ ਬਾਤ ਹੈ ਯਾਰ, ਅੱਜ ਦੀ ਤਾਂ ਮੈਂ ਕਹਿੰਦਾ ਮੈਂ ਫੁੱਲਿਆ ਨਹੀਂ ਸਮਾ ਰਿਹਾ ਕਿ ਕਿੰਨਾ ਵੱਡਾ ਸੁਸਾਇਟੀ ਨੂੰ ਮੈਸੇਜ ਦਿੱਤਾ ਵੀਰ ਨੇ, ਕਿ ਜਿੰਨੇ ਵੀ ਪੇਸ਼ੈਂਟ ਸੀਗੇ ਯਾਰ ਸਾਡੇ ਕੋਲ, ਤੁਸੀਂ ਦੇਖੋ ਕਿ ਵਾਹਿਗੁਰੂ ਦੀ ਇੰਨੀ ਕਿਰਪਾ ਕਿ ਅੱਜ ਅਸੀਂ, ਸਾਡੇ ਕੋਲ ਡੋਨਰ ਆਏ ਹੋਏ ਸੀਗੇ ਅਤੇ ਪੇਸ਼ੈਂਟ ਨਹੀਂ ਸੀਗੇ, ਅਤੇ ਉਹ ਬਾਈ ਦੀ ਜਿੱਦ ਹੋ ਗਈ ਕਿ ਮੈਂ ਤਾਂ ਵੀਰੇ ਹੋਸਪਿਟਲ 'ਚ, ਮੈਨੂੰ ਮਤਲਬ ਬਾਈ ਦੀ ਜਿੱਦ ਹੋ ਗਈ ਕਿ ਨਹੀਂ ਵੀਰੇ ਮੈਂ ਤਾਂ ਅੱਜ ਸਲਮਾਨ ਖਾਨ ਬਾਈ ਦਾ ਬਰਥਡੇ ਆ ਅਤੇ ਮੈਂ ਸੇਵਾ ਕਰਨੀ ਕਰਨੀ ਆ, ਅਤੇ ਬਾਈ ਸਪੈਸ਼ਲ ਗੱਡੀ ਲੈ ਕੇ ਮਰੀਜ਼ ਦੇ ਘਰ ਆਏ, ਹੁਣੀ ਐਡਮਿਟ ਕਰਾ ਰਹੇ। ਮੈਂ ਹੈਰਾਨ ਹੋ ਗਿਆ ਇਹ ਚੀਜ਼ ਦੇਖ ਕੇ, ਅਤੇ ਆਈ ਐਮ ਸ਼ੌਕਡ। ਪਰਮਾਤਮਾ ਕਰੇ ਕਿ ਸਾਡੇ ਸਲਮਾਨ
ਬਹੁਤ ਮੁਬਾਰਕਾਂ ਜੇ ਸਾਡੀ ਵੀਡੀਓ ਤੁਸੀਂ ਉਹਨਾਂ ਤੱਕ ਪਹੁੰਚਾ ਸਕੋ, ਸਿਰਫ ਇਸ ਬੰਦੇ ਕਰ, ਮੇਰੇ ਲਈ ਨਹੀਂ ਉਸ ਬੰਦੇ ਲਈ ਕਿ ਜਿਨ੍ਹਾਂ ਨੇ ਅੱਜ ਇੰਨੇ ਵੱਡੇ ਦਿਨ ਦੇ ਵਿੱਚ, ਔਰ ਬਾਈ ਨੇ ਦੱਸਿਆ ਕਿ ਜਦੋਂ ਮੈਂ ਸ਼ੁਰੂ ਕੀਤਾ ਸੀ ਔਰ ਅੱਜ ਤੋਂ 5 ਸਾਲ ਪਹਿਲਾਂ ਬਾਈ ਦੇ ਸਲਮਾਨ ਬਾਈ ਦੇ ਜਨਮ ਦਿਨ ਦੀ ਸ਼ੁਰੂ ਕੀਤਾ ਸੀ ਅਤੇ ਅੱਜ ਉਹਨਾਂ ਦੇ ਜਨਮ ਦਿਨ 'ਤੇ ਮਹੀਨੇ ਦੇ ਵਿੱਚ ਹਰ ਮਹੀਨੇ ਜਨਮ ਦਿਨ ਮਨਾਉਣਾ ਅਤੇ ਬਾਈ ਨੇ ਆਪਣੀ ਸਟੋਰੀ ਹੌਲੀ ਹੌਲੀ ਸ਼ੇਅਰ ਕੀਤੀ ਅਤੇ ਮੈਨੂੰ ਲੱਗਦਾ ਕੈਮਰੇ 'ਚ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਕਿ ਮੈਂ ਸਟੋਰੀ ਸ਼ੇਅਰ ਕਰ ਸਕਾਂ, ਪਰ ਅੱਜ ਦਿਲੋਂ ਰੂਹ ਖੁਸ਼ ਹੋਈ ਕਿ ਮੈਂ ਦੁਨੀਆ 'ਚ ਬੜੇ ਤਰ੍ਹਾਂ ਦੇ ਫੈਨਾਂ ਨੂੰ ਮਿਲਿਆ, ਪਰ ਆਹ ਜਿਹੜਾ ਫੈਨ ਵੀ ਕਹਿਣਾ ਵਰਡ ਇੱਕ ਪਤਾ ਨਹੀਂ ਛੋਟਾ, ਪਰ ਮੈਂ ਅੱਜ ਜਿਹੜੇ ਸ਼ਖਸ ਨੂੰ ਮਿਲ ਕੇ ਸਟੋਰੀ ਸੁਣ ਕੇ ਸਾਰੀ ਕਿ ਬਾਈ ਦੇ ਜਨਮ ਦਿਨ 'ਤੇ ਇੰਨੀਆਂ ਕੁ ਬੇਨਤੀਆਂ ਦੇ ਨਾਲ ਅੱਜ ਲਾਈਵ ਹੋਏ ਸੀਗੇ, ਬੜੀ ਰੂਹ ਖੁਸ਼ ਹੋਈ ਉਹ ਬਾਈ ਦੀ, ਮਤਲਬ ਇੱਕ ਮੋਟੀਵੇਸ਼ਨਲ ਜੀ ਸਟੋਰੀ ਸੁਣ ਕੇ ਕਿ ਸਲਮਾਨ ਬਾਈ ਨੇ ਅੱਜ ਕਿੰਨੇ ਬੂਟੇ ਲਾ ਤੇ, ਔਰ ਬਾਈ ਨੇ ਦੱਸਿਆ ਕਿ ਅਸੀਂ ਉਹਨਾਂ ਦੀ ਸਲਾਮਤੀ ਵਾਸਤੇ ਅੱਜ ਦਿਨ ਦੇ ਵਿੱਚ ਜਿਹੜੀਆਂ ਵੀ ਦੋਵਾਂ, ਬਾਈ ਕਹਿੰਦਾ ਮੈਨੂੰ ਨਹੀਂ ਮੇਰੇ ਸਲਮਾਨ ਬਾਈ ਨੂੰ ਦਿਓ ਕਿ ਉਹ ਚੰਗੇ ਕੰਮ ਕਰਦੇ, ਇਹਨਾਂ ਨੂੰ ਵੀ ਬੜੀ ਤਗੜੀ ਐਨ ਜੀ ਓ ਚਲਾ ਰਹੇ ਨੇ, ਬਹੁਤ ਸੇਵਾ ਕਰਦੇ ਨੇ, ਬਹੁਤ ਸੁਣਿਆ ਉਹਨਾਂ ਬਾਰੇ, ਅਤੇ ਪਰਮਾਤਮਾ ਨੇ ਜੇ ਇੰਨੀ ਬਖਸ਼ਿਸ਼ ਕੀਤੀ ਸਾਡੇ ਵਿੱਚ, ਇੰਨੀ ਨੀਯਤ ਹੋਈ, ਮੁਰਾਦ ਹੋਈ, ਮਤਲਬ ਸੱਚੀ ਨੀਯਤ ਹੋਈ, ਤਾਂ ਸਲਮਾਨ ਬਾਈ ਵੀ ਇੱਕ ਦਿਨ ਜ਼ਰੂਰ ਇਸ ਐਨ ਜੀ ਓ ਦੇ ਵਿੱਚ ਸੇਵਾ ਕਰਨ ਆ ਪਾਉਣਗੇ, ਪਰ ਅਸਲ ਦੇ ਵਿੱਚ ਇਨਡਾਇਰੈਕਟ ਵੇ ਦੇ ਵਿੱਚ ਇਹ ਸੇਵਾ ਸਲਮਾਨ ਬਾਈ ਵੱਲੋਂ ਹੀ ਆਈ ਹੈ, ਕਿਉਂਕਿ ਜੇ ਇਹ ਬਾਈ ਉਹਨਾਂ ਨੂੰ ਫੋਲੋ ਨਾ ਕਰ ਦਿੰਦੇ ਤਾਂ ਸ਼ਾਇਦ ਅੱਜ ਇਸ ਪੇਸ਼ੈਂਟ ਦੀ ਮਦਦ ਨਾ ਹੋਈ ਹੁੰਦੀ, ਪਰ ਉਹ ਅੱਜ ਜੋ ਵੀ ਆ ਪਰਮਾਤਮਾ ਖੁਸ਼ ਰਹਿਣ, ਹੱਸਦੇ ਵੱਸਦੇ ਰਹਿਣਾ, ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ,